YouTube ਦੇ ਸਾਰੇ ਭਰਾ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਇਹ ਆਪਣਾ ਡੈਡੀ ਫਾਰਮ। ਇਹ ਪਹਾੜੀ ਏਰੀਏ 'ਤੇ ਬਣਿਆ ਹੋਇਆ ਵਾ, ਦੇਖੋ ਕਿੰਨੀ ਸਾਫ਼ ਸਫਾਈ ਆ, ਪਹਾੜੀ ਏਰੀਏ 'ਤੇ ਕਿੰਨਾ ਸ਼ਾਂਤ ਵਾਤਾਵਰਨ ਵਾ, ਚਾਰੇ ਪਾਸੇ ਹਰਿਆਲੀ ਛਾਈ ਹੋਈ ਆ। ਆਹ ਸਾਹਮਣੇ ਤੁਸੀਂ ਤਰਪਾਲ ਵਾਲੀਆਂ ਛੱਡਾਂ ਦੇਖ ਸਕਦੇ ਹਾਂ, ਇਹਨਾਂ ਵਿੱਚ ਜਿਹੜੀਆਂ ਭਰੀਆਂ ਬੰਨ੍ਹ ਕੇ ਬੰਡਲ ਬੰਨ੍ਹ ਕੇ ਰੱਖੇ ਹੋਏ ਆ ਜੀ, ਪੱਠੇ ਸਟੋਰ ਕੀਤੇ ਹੋਏ ਆ। ਜੋ ਵੀ ਚਟਾਲਾ ਹੋ ਗਿਆ, ਚਰੀ ਹੋ ਗਈ, ਬਾਜਰਾ ਹੋ ਗਿਆ, ਕੋਈ ਵੀ ਹਰਾ ਪੱਠਾ ਇਹਦੀ ਸਟੋਰ ਕਰ ਲੈਂਦੇ ਆ, ਇਹ ਬੰਨ੍ਹ ਲੈਂਦੇ ਵੱਢ ਲੈਂਦੇ ਆ, ਮੁੜ ਕੇ ਸੁਕਾ ਲੈਂਦੇ ਆ, ਸੁਕਾ ਕੇ ਭਰੀਆਂ ਬੰਨ੍ਹ ਲੈਂਦੇ ਆ, ਸਾਲ ਸਾਲ ਦਾ ਪੱਠਾ ਸਟੋਰ ਕਰ ਲੈਂਦੇ ਆ ਇਹ ਇੱਦਾਂ ਹੀ। ਆਹ ਸਾਹਮਣੇ ਤੁਸੀਂ ਡਰੰਮ ਦੇਖ ਸਕਦੇ ਆ, ਇਹ ਖਲ ਵਾਲੇ ਡਰੰਮ ਆ, ਹਫ਼ਤੇ ਵਿੱਚ ਦੋ ਵਾਰ ਇੱਕ ਵਾਰ ਜਦੋਂ ਵੀ ਟਰੱਕਾਂ ਵਾਲਿਆਂ ਨੂੰ ਪਤਾ ਹੁੰਦਾ ਵਾ, ਉਹ ਆਪਦੇ ਹਿਸਾਬ ਨਾਲ ਜਦੋਂ ਮੁੱਕਣ ਵਾਲੀ ਹੁੰਦੀ ਮੰਜੀਮੀ ਖਲ, ਉਦੋਂ ਪਹਿਲਾਂ ਆ ਕੇ ਸਟੋਰ ਕਰਦੇ ਰਹਿੰਦੇ, ਇਹ ਭਰਦੇ ਰਹਿੰਦੇ ਆ। ਅਤੇ ਇੱਥੋਂ ਸਿੱਧੀ ਪੇਪ ਲੈਣ ਜਾਂਦੀ ਆ ਅੰਦਰ ਗਾਵਾਂ ਦੇ, ਇਕੱਲੀ ਇਕੱਲੀ ਗਾਂ ਵਾਲੇ ਖਲ ਡਿੱਗਦੀ ਆ ਜਾ ਕੇ ਇੱਦਾਂ ਹੀ। ਆ ਨੀਲੇ ਪੈਪ ਉੱਤੋਂ ਲੱਗੇ ਹੋਏ ਜਿਹੜੇ ਤੁਸੀਂ ਦੇਖ ਸਕਦੇ ਆ, ਇਹਨਾਂ ਦੇ ਵਿੱਚ ਦੀ ਖਲ ਆਉਂਦੀ ਆ ਤਿੰਨ ਟਾਈਮ, ਉਹਨਾਂ ਪੇਪਰ ਦੇ ਵਿੱਚ ਜਿੱਥੇ ਬੋਤਲ ਜੀ ਲੱਗੀ ਹੋਈ ਆ ਕਿਲੋ, ਉੱਥੇ ਲੱਗੇ ਹੋਏ ਆ ਕਿਲੋਗ੍ਰਾਮ ਲਿਖੇ ਹੋਏ ਆ ਕਿੰਨੇ ਆ, ਉੱਥੇ ਉਸ ਹਿਸਾਬ ਨਾਲ ਖਲ ਸਾਰੇ ਡਿੱਗੀ ਜਾਂਦੀ ਆ। ਇਹਨਾਂ ਦੇ ਵਿੱਚ ਗਾਵਾਂ ਦੇ ਨੰਬਰ ਐਡ ਕੀਤੇ ਹੁੰਦੇ ਆ ਜੀ ਕੰਪਿਊਟਰ ਦੇ ਵਿੱਚ, ਕੰਪਿਊਟਰ ਸਿਸਟਮ ਹੀ ਆ ਸਾਰਾ, ਗਾਂ ਦੁੱਧ ਦਾ ਹਿਸਾਬ ਨਾਲ ਹਰੇਕ ਨਾਲ ਜਿੱਦਾਂ ਜਿੱਦਾਂ ਤਾਜ਼ੀ ਸੂਈ ਆ ਉਸ ਹਿਸਾਬ ਨਾਲ ਜ਼ਿਆਦਾ ਖਲ ਬੰਨੀ ਹੁੰਦੀ ਆ ਉਹਦੇ ਵਿੱਚ, ਜਾਂ ਫਿਰ ਜਦੋਂ ਗਾਂ ਥੋੜ੍ਹੀ ਦੋ ਚਾਰ ਮਹੀਨੇ ਸੂਈ ਨੂੰ ਹੋ ਜਾਂਦੇ ਖਲ ਘੱਟ ਕਰ ਦਿੰਦੇ ਆ, ਨੰਬਰ ਐਡ ਕੀਤੇ ਹੁੰਦੇ ਉਸ ਹਿਸਾਬ ਨਾਲ ਖਲ ਡਿੱਗਦੀ ਰਹਿੰਦੀ, ਗਾਵਾਂ ਖਾਂਦੀਆਂ ਰਹਿੰਦੀਆਂ ਵਾ। ਆਹ ਵਿੱਚ ਸ਼ੌਂਕੀਆ ਤੌਰ 'ਤੇ ਮਾਲਕਾਂ ਨੇ ਲਾਲ ਗਾਵਾਂ ਵੀ ਰੱਖੀਆਂ ਹੋਈਆਂ ਵਾ, ਇਹਨਾਂ ਗਾਵਾਂ ਦਾ ਦੁੱਧ ਵੈਸੇ ਘੱਟ ਹੁੰਦਾ ਵਾ, ਪਰ ਜਿਵੇਂ ਆਪਣੇ ਇੰਡੀਆ ਪਨੀਰ ਬਣਾਉਂਦੇ ਆ ਇੱਦਾਂ ਇੱਥੇ ਫਰਮਾਜੋ ਬਣਾਉਂਦੇ ਆ ਇਹ ਦੁੱਧ ਤੋਂ, ਅਤੇ ਇਹਨਾਂ ਗਾਵਾਂ ਦੀ ਉਹ ਜਿੱਦਾਂ ਜ਼ਿਆਦਾ ਬਣਦੀ ਆ। ਜਿਹੜੀ ਚਿੱਟੀਆਂ ਕਾਲੀਆਂ ਗਾਵਾਂ ਵਾ, ਇਹਨਾਂ ਦੀ 35-38 ਲੀਟਰ ਮੇਰੀ ਆ, 35-38 ਲੀਟਰ ਜਾਣੀ ਐਵਰੇਜ ਹੈਗੀ ਇਹਨਾਂ ਦੀ ਸਾਰੇ ਡੇਅਰੀ ਦੀ ਦੁੱਧ ਦੀ, ਜਿੱਦਾਂ ਕੋਈ ਗਾਂ 40 ਲੀਟਰ ਵਾਲੀ ਆ, ਕੋਈ 60 ਵਾਲੀ ਆ, ਕੋਈ 20 ਵਾਲੀ, ਜਿੱਦਾਂ ਸਾਰੀਆਂ ਦੀ ਐਵਰੇਜ 35-38 ਲੀਟਰ ਆ ਜਾਂਦੀ ਆ। ਆਹ ਸਬੂਤੇ ਪੱਠੇ ਪਾਉਂਦੇ ਆ ਇਹ, ਜੋ ਚੁਰਾਲੇ ਦੀਆਂ ਭਰੀਆਂ ਬੰਨੀਆਂ ਹੁੰਦੀਆਂ ਵਾ, ਜਾਂ ਕੋਈ ਵੀ ਹਰਾ ਪੱਠਾ ਸੁਕਾ ਕੇ ਜਿਹੜਾ ਬੰਨਦੇ ਆ ਇਹ, ਅਤੇ ਉਹ ਜਿੱਦਾਂ ਸਬੂਤਾ ਪੱਠਾ ਇਹ ਪਾਉਂਦੇ ਆ। ਬਹੁਤੀਆਂ ਡੇਅਰੀਆਂ ਵਿੱਚ ਪੱਠੇ ਜਿੱਦਾਂ ਕਾਰੋ ਆਪਾਂ ਜਿੱਦਾਂ ਕਹਿ ਦਈਏ ਖਾਲ ਵੈਚਰ ਲਾ ਕੇ ਪੱਠਿਆਂ ਦੇ ਪਾਉਂਦੇ ਆ, ਅਤੇ ਉਹ ਸਾਹਮਣੇ ਪੱਠੇ ਚੱਲ ਰਹੇ ਆ ਵੱਡੇ, ਇਹ ਵੀ ਆਟੋਮੈਟਿਕ ਆ ਜੀ, ਤਾਪਮਾਨ ਦੇ ਹਿਸਾਬ ਨਾਲ ਆਪੇ ਚੱਲਦੇ ਆ, ਆਪਣੇ ਬੰਦ ਹੁੰਦੇ ਆ, ਸੈਂਸਰ ਲੱਗੇ ਹੁੰਦੇ ਆ ਇਹਨਾਂ ਦੇ, ਜੇ ਠੰਡ ਜ਼ਿਆਦਾ ਆ ਤਾਂ ਆਟੋਮੈਟਿਕ ਬੰਦ ਹੋ ਜਾਂਦੇ ਆ, ਅਤੇ ਗਰਮੀ ਹਿਸਾਬ ਨਾਲ ਉਹਨੇ ਤੇਜ਼ ਚੱਲਣ ਲੱਗ ਪੈਂਦੇ ਆ। ਅਤੇ ਆਹ ਤੁਸੀਂ ਦੇਖ ਸਕਦੇ ਆ ਥੱਲੇ ਜਿਹੜੇ ਖਾਨੇ ਬਣੇ ਹੋਏ ਆ, ਇੱਥੇ ਗਾਬੀਆਂ ਕਹਿ ਦਿੰਦੇ ਇਹਨਾਂ ਨੂੰ, ਇਕੱਲੇ ਇਕੱਲੇ ਵੱਛੀ ਦਾ ਇਕੱਲਾ ਇਕੱਲਾ ਬੋਕਸ ਬਣਿਆ ਹੋਇਆ ਵਾ, ਜਦੋਂ ਵੀ ਗਾਂ ਸੁਣਦੀ ਆ ਉਸੇ ਟਾਈਮ ਲਿਆ ਕੇ ਇਹਨਾਂ ਖਾਨਿਆਂ ਦੇ ਵਿੱਚ ਰੱਖ ਲੈਣੀ ਆ ਵੱਛੀ, ਵੱਛੀ ਜਾਂ ਵੱਛਾ ਜੋ ਵੀ ਹੋਇਆ। ਅਤੇ ਆਪਣੇ ਇੱਥੇ ਡੇਅਰੀ ਵਿੱਚ ਜਿੱਦਾਂ ਇਕੱਲੀਆਂ ਵੱਛੀਆਂ ਹੀ ਰੱਖਦੇ ਆ, ਅਤੇ ਵੱਛੇ ਜਦੋਂ ਗਾਂ ਸੁਣਦੀ ਆ ਹਫ਼ਤੇ ਬਾਅਦ 6ਵੇਂ 7ਵੇਂ ਦਿਨ ਚੁਕਾ ਦਿੰਦੇ ਆ, ਅਤੇ ਜਿਹੜੇ ਵੱਛੀਆਂ ਵਾਲੀਆਂ ਡੇਅਰੀਆਂ ਇਕੱਲਿਆਂ ਦੀਆਂ ਵੱਖਰੀਆਂ ਵਾ, ਉਹ ਲੈ ਜਾਂਦੇ ਅਤੇ ਉਹ ਪਾਲਦੇ ਆ ਫਿਰ ਗਾਂ, ਅਤੇ ਇਹਨਾਂ ਦੇ ਵਿੱਚ ਘੱਟੋ ਘੱਟ 2 ਮਹੀਨੇ ਵੱਛੀ ਰੱਖਦੇ ਆ ਇੱਥੇ, ਇਹਦੇ ਵਿੱਚ 2 ਮਹੀਨਿਆਂ ਬਾਅਦ ਸਿੰਗ ਦਾ ਆ ਕੇ ਮੁੜ ਕੇ ਉਹਨੂੰ ਵੱਖਰੀ ਸ਼ੈਡ ਦੇ ਵਿੱਚ ਭੇਜ ਦਿੰਦੇ ਆ, ਫਿਰ ਗਾਂ ਸਟੈਪ ਬਾਏ ਸਟੈਪ ਗਾਵਾਂ ਵੱਧਦੀਆਂ ਰਹਿੰਦੀਆਂ ਵਾ। ਆਹ ਵੀ ਡੇਅਰੀ ਦਾ ਬਾਹਰੀ ਦ੍ਰਿਸ਼ ਆ ਜੀ, ਉਹ ਸਾਹਮਣੇ ਕੁਛ ਖਾਨੇ ਵੱਛੀਆਂ ਦੇ ਇੱਥੇ ਵੀ ਪਏ ਆ, ਦੇਖ ਸਕਦੇ ਹਾਂ ਤੁਸੀਂ ਨੇੜੇ ਹੋ ਗਏ, ਬਹੁਤ ਸੁੰਦਰ ਵਾਤਾਵਰਨ ਆ, ਹਰਿਆਲੀ ਹੋਈ ਆ ਸਾਰੇ ਚਾਰੇ ਪਾਸੇ। ਅਤੇ ਆ ਜਦੋਂ ਵੀ ਵੱਛੀ ਗਾਂ ਸੁਣਦੀ ਆ ਵੱਛੀ ਨੂੰ ਲਿਆ ਕੇ ਮੂਹਰੇ ਇੱਥੇ ਪਾਣੀ ਰੱਖ ਦੇਣਾ ਵਾ, ਪਾਣੀ ਸਵੇਰੇ ਸ਼ਾਮ ਬਦਲਦੇ ਆ। ਅਤੇ ਆ ਨਾਲ ਹੀ ਬਕਸੇ ਬਣੇ ਹੋਏ ਆ ਖਲ ਦੇ, ਅਤੇ ਇਹਨਾਂ ਦੇ ਵਿੱਚ ਨਾਲ ਹੀ ਖਲ ਪਾ ਦੇਣੀ ਆ, ਅਤੇ ਉਹ ਅੰਦਰ ਡੇਲੀ ਸਵੇਰੇ ਸ਼ਾਮ ਜਿੱਦਾਂ ਪਰਾਲੀ ਸੈੱਟ ਦੀ ਆ ਵੱਛੇ, ਫਿਰ ਗਿੱਲੇ ਨਹੀਂ ਹੁੰਦੇ ਥੱਲਿਓ ਥਾਂ, ਸੁੱਕਾ ਹੀ ਰਹਿੰਦਾ ਵਾ। ਅਤੇ ਆਪਣੀ ਇਹ ਵੀਡੀਓ ਦੇਖ ਕੇ ਤੁਸੀਂ ਦੱਸਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ, ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਅਤੇ ਅਗਲੀ ਵਾਰ 2-4 ਦਿਨ ਤੱਕ ਆਪਾਂ ਧਾਰਾ ਚੋਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।